एको ही परिवार दे चार जियां दे नाल भयानक हादसा वापरिया। दरअसल अमृतसर तो हुशियारपुर जांदे हुए कस्बा हरगोबिंदपुर नेड़े कार नूं बचाउंदिया होया टैंपू ट्रैवल रुख दे नाल जा टकराउंदा। तो अंदाज़े कि जिहड़ा टैंपू ट्रैवल है इस दे विच एको ही परिवार दे 11 जी सवार सन, जिन्हां दे विच चार लोग गंभीर रूप विच जख्मी हो गए ने, जिसे चलदिया इन्हां नूं सरकारी हस्पताल दे विच भर्ती करवाया गया। प्रीत कौर ਘਨੂਪੁਰ ਕਾਲਾ ਅੰਮ੍ਰਿਤਸਰ ਦੇ ਅਸੀਂ ਜਾਣ ਰਹੇ ਸੀ ਹੁਸ਼ਿਆਰਪੁਰ ਚੱਲ ਰਹੇ ਸੀ ਅਤੇ ਰਸਤੇ ਵਿੱਚ ਮਰੂਤੀ ਕਾਰ ਨੂੰ ਡਰਾਈਵਰ ਬਚਾਉਂਦਾ ਸਾਡੀ ਗੱਡੀ ਥੱਲੇ ਲੱਥ ਗਈ ਅਤੇ ਸਫੈਦੇ ਵਿੱਚ ਵੱਜ ਗਈ ਅਤੇ ਸਾਡੇ 11 ਜਣੇ ਸੀਗੇ ਅਸੀਂ, 2 ਬੱਚੇ ਸਾਡੇ ਨਾਲ, ਸਾਰੇ ਇੱਕੋ ਫੈਮਿਲੀ ਦੇ। ਹਾਂਜੀ, ਕਿੱਥੇ ਜਾ ਰਹੇ? ਅਸੀਂ ਹੁਸ਼ਿਆਰਪੁਰ ਜਾਣ ਰਹੇ ਸੀਗੇ। ਇੱਥੇ 4 ਜਣੇ ਅਤੇ ਬਾਕੀ ਠੀਕ ਹੈ, ਉਹਨਾਂ ਨੂੰ ਨਹੀਂ ਲੱਗੀਆਂ ਉਹ ਉੱਥੇ। ਹਾਂਜੀ, ਗੱਡੀ ਆ ਟੈਂਪੂ ਟਰੈਵਲ ਕਿਹੜੀ ਕਹਿੰਦੇ ਆ ਮੈਨੂੰ ਨਹੀਂ ਪਤਾ, ਇਹਨਾਂ ਨੂੰ ਪਤਾ ਨਹੀਂ। ਬਬਲੀ ਕਿੱਥੋਂ ਰਹਿਣ ਵਾਲੇ ਜੀ? ਅਸੀਂ ਘਨਪੁਰ ਕਾਲੇ ਅੰਮ੍ਰਿਤਸਰ। ਕੀ ਗੱਲ ਹੋਈ ਸਾਰੀ? ਕੋਈ ਨਹੀਂ, ਅੱਗੇ ਕਾਰ ਆ ਗਈ, ਉਹਨੂੰ ਸਾਈਡ ਦੇ ਦਿੰਦੇ ਅਤੇ ਗੱਡੀ ਸਫੈਦੇ ਨਾਲ ਜਾ ਕੇ ਵੱਜ ਗਈ। ਕਾਹਦੇ ਵਿੱਚ ਸੀਗੇ ਤੁਸੀਂ? ਅਸੀਂ ਟੈਂਪੂ ਟਰੈਵਲਰ ਵਿੱਚ। ਕਿੱਥੋਂ ਆ ਰਹੇ ਸੀਗੇ ਅਤੇ ਕਿੱਥੇ ਜਾ ਰਹੇ? ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾ ਰਹੇ। ਟੋਟਲ ਕਿੰਨੇ ਕੁ ਜਾਣੇ ਸੀਗੇ? 11 ਜਾਣੇ ਸੀ, 2 ਬੱਚੇ ਨਾਲ। ਦਰੇ ਸੰਬੰਧੀ ਡਾਕਟਰ ਦਾ ਕਹਿਣਾ ਹੈ ਕਿ ਐਕਸੀਡੈਂਟ ਕੇਸ ਹੈ ਤੇ 4 ਲੋਕ ਜਿਹੜੇ ਕਿ ਜ਼ਖਮੀ ਹੋਏ ਨੇ ਤੇ ਉਹਨਾਂ ਦੇ ਵਿੱਚ ਡਰਾਈਵਰ ਦੀ ਹਾਲਤ ਕਾਫੀ ਗੰਭੀਰ ਹੋਣ ਦੇ ਚਲਦਿਆਂ ਉਹਨਾਂ ਨੂੰ ਬਟਾਲਾ ਤੋਂ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਮੈਂ ਡਾਕਟਰ ਅਮਨਦੀਪ ਕੌਰ ਐਜ਼ ਏ EMO ਸਿਵਲ ਹਸਪੀਟਲ ਬਟਾਲਾ ਲੱਗੀ ਹੋਈ ਹਾਂ ਅਤੇ ਸਾਡੇ ਕੋਲ ਸਵੇਰੇ ਮੋਰਨਿੰਗ 'ਚ ਇੱਕ ਐਕਸੀਡੈਂਟ ਕੇਸ ਆਇਆ ਹੈਗਾ ਵਾ ਅਤੇ ਮਿੰਨੀ ਬੱਸ ਸੀਗੀ ਸ਼ਾਇਦ ਉਹ, ਅਤੇ ਉਹ ਕਿਤੇ ਰੋਂਗ ਸਾਈਡ ਤੋਂ ਕਾਰ ਆਉਂਦੀ ਪਈ ਸੀਗੀ, ਉਹਨੂੰ ਬਚਾਉਂਦੇ ਉਹਨਾਂ ਦੇ ਦਰੱਖਤ ਨਾਲ ਜਾ ਕੇ ਐਕਸੀਡੈਂਟ ਹੋ ਗਿਆ। ਅਤੇ ਬਾਕੀ ਤਾਂ 5 ਪੇਸ਼ੈਂਟ ਆਏ ਸੀਗੇ, 5 ਵਿੱਚੋਂ 4 ਤਾਂ ਸਟੇਬਲ ਨੇ, ਠੀਕ ਕੰਡੀਸ਼ਨ 'ਚ ਨੇ, ਅਤੇ ਇੱਕ ਜਿਹੜਾ ਡਰਾਈਵਰ ਸੀਗਾ ਉਹਦਾ ਸ਼ਾਇਦ ਫ੍ਰੈਕਚਰ ਲੱਗ ਰਿਹਾ ਲੱਤ ਦਾ, ਉਹ ਅਸੀਂ ਐਕਸਰੇ ਵਗੈਰਾ ਕਰਵਾਉਣ ਭੇਜਿਆ ਵਾ ਉਹਨੂੰ, ਅਤੇ ਬਾਕੀ ਨੋਰਮਲ ਹੀ ਨੇ ਸਾਰੇ। ਅਸੀਂ ਉਹਨੂੰ ਥੋੜ੍ਹਾ ਜ਼ਿਆਦਾ ਸੀਰੀਅਸ ਲੱਗ ਰਿਹਾ ਸੀ ਕਾ ਪੇਸ਼ੈਂਟ, ਅਤੇ ਅਸੀਂ ਉਹਨੂੰ ਥੋੜ੍ਹਾ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈਗਾ ਵਾ, ਬਾਕੀ ਸਾਰੇ ਸਟੇਬਲ ਨੇ, ਉਹਨਾਂ ਨੂੰ ਦਾਖਲ ਕਰ ਲਿਓ। ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾਂਦੇ ਹੋਏ ਟੈਂਪੂ ਟਰੈਵਲ ਜਿਹੜੇ ਕਿ ਕਾਰ ਨੂੰ ਬਚਾਉਂਦੇ ਹੋਏ ਰੁੱਖ ਦੇ ਨਾਲ ਜਾ ਟਕਰਾਉਂਦਾ, ਜਿਹਦੇ ਚਲਦਿਆਂ ਇਹ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ। ਦਸਾਂ ਮਨੀ ਜ਼ਿਲ੍ਹੇ ਬਟਾਲਾ ਤੋਂ ਵਿੱਕੀ ਮਲਿਕ ਦੀ ਰਿਪੋਰਟ।